ਇੱਧਰ ਵੀ ਜਨਾਬ ਇਕੱਠੇ ਹੋਏ ਹੋਏ ਨੇ, ਕਾਲੀਆ ਸਾਹਿਬ ਸਾਡੇ ਬੜੇ ਅਜੀਜ਼ ਤੇ ਚਲੋ ਨਹੀਂ ਹੈ, ਉਦਾਂ ਹੀ ਸਾਨੂੰ ਦੇਖ ਕੇ ਮਨ। ਮੇਰੇ ਕੋਲ ਨਾ ਮੇਜਰ ਪਹਿਲੀ ਬਹੁਤ ਪੈਸਾ, ਅੱਛਾ ਮੈਂ ਇੱਥੇ ਇਨਵੈਸਟਮੈਂਟ ਕਰਨਾ ਚਾਹੁੰਦਾ। ਤੁਹਾਡੇ ਕੋਲ 2000 ਦਾ ਨੋਟ ਫਸ ਗਿਆ ਹੈ ਗਲੇ, ਤੁਹਾਡੀ ਆਵਾਜ਼ ਇੰਨੀ ਭਾਰੀ ਹੈ। ਨਹੀਂ ਇਹ ਨਾ ਮੈਂ ਚਿਕਨ ਖਾਧਾ ਸੀ, ਹਾਂ ਤੇ ਉਹ ਨਹੀਂ ਹੁੰਦਾ ਕੱਚਾ, ਹਾਂ ਨਹੀਂ ਕੱਚਾ ਨਹੀਂ ਖਾਧਾ, ਪੱਕਾ ਸੀ। ਤੇ ਪੱਕਾ ਫਿਰ ਕਿੱਦਾਂ ਫਸ ਗਿਆ? ਹੱਡੀ ਫਸ ਗਈ ਸੀ, ਹੱਡੀ ਫਸ ਗਈ ਸੀ, ਗਲੇ ਨਿਕਲੀ ਨਹੀਂ ਅਜੇ, ਕੱਢੀਏ। ਲੈ ਫਿਰ ਤੁਹਾਡੇ ਕੋਲ ਤੇ 207 ਹੱਡੀਆਂ ਹੋਈਆਂ ਉਸ ਹਿਸਾਬ ਨਾਲ, ਉੱਦਾਂ 206 ਹੁੰਦੀਆਂ ਨਾ। ਅੱਛਾ ਅੱਛਾ ਕਾਲੇ ਸਾਹਿਬ ਹੁਣ ਸਾਡੇ ਲਈ ਦੱਸੋ ਕੀ ਸੇਵਾ? ਅੱਛਾ ਮੈਨੂੰ ਪਹਿਲਾਂ ਪਾਣੀ ਪੂਣੀ ਪੀਓਗੇ ਤੁਸੀਂ? ਪਹਿਲਾਂ ਲੂਣ, ਬਾਹਰ 10 ਰੁਪਏ ਦੀ ਬੋਤਲ ਮਿਲਣੀ ਉੱਥੋਂ ਪੀਓ। ਪਹਿਲਾਂ ਲੂਣ ਦਿਓ ਮੈਨੂੰ, ਤੁਸੀਂ ਪੈਸਾ ਇੰਨਾ ਲਾਤਾ। ਲੂਣ ਆਹੀ ਨਾ ਜ਼ਖਮਾਂ ਤੇ ਲਾਈਦਾ ਬਾਅਦ ਚ। ਚਲੋ ਛੱਡੋ, ਪਹਿਲਾਂ ਕੁੱਟ ਖਾਣ ਵਾਲੇ ਤੇ ਬਾਂਝੋ। ਅੱਛਾ ਤੁਹਾਡੇ ਜੋ ਕੰਮ ਕਰਨ ਵਾਲਾ ਕਿਹੜਾ ਬੰਦਾ? ਦੋਨੋਂ ਹੈਗੇ ਜੀ, ਮੈਨੂੰ ਵਧੀਆ ਮਿਲਿਆ, ਪਰਮਾਤਮਾ ਦਾ ਸ਼ੁਕਰ। ਅੱਛਾ ਅੱਛਾ, ਤੁਸੀਂ ਇੰਨਾ ਪੈਸਾ ਲਾਤਾ, ਤੁਸੀਂ ਮੂੰਹ ਤੇ ਕਿਉਂ ਨਹੀਂ ਲਾਇਆ ਥੋੜਾ ਜਿਹਾ ਪੈਸਾ? ਓਏ ਪੁਰਾਣੀਆਂ ਗੱਲਾਂ ਤੇ ਤੂੰ, ਹਾਂ ਹਾਂ ਦੱਸੋ। ਮੈਂ ਕਹਿਣਾ ਚਾਹੁੰਦਾ ਵੀ ਇਹੋ ਜਿਹੀਆਂ ਪੁਰਾਣੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਨਵੇਂ ਕੰਮ ਦੀ ਸ਼ੁਰੂਆਤ ਨਵੇਂ ਕੰਮ ਤੋਂ ਕਰਨੀ ਚਾਹੀਦੀ। ਅਮੀਰ ਬੰਦੇ ਵੈਸੇ ਕਾਲੇ ਹੀ ਹੁੰਦੇ ਜ਼ਿਆਦਾਤਰ ਜੀ। ਤੂੰ ਕਿੱਥੇ ਹੋਰ, ਜਿਵੇਂ ਕਿ ਫੋਰ ਐਗਜ਼ਾਮਪਲ ਸਟਰਗਲ ਕੀਤਾ, ਜਿੱਦਾਂ ਆਪਾਂ ਸੋਹਣੇ ਆ, ਆਪਾਂ ਅਮੀਰ ਨਹੀਂ ਗੇ, ਕਾਲੇ ਹੀ ਹੁੰਦੇ ਆ ਜੀ ਅਮੀਰ। ਕਾਲੇ ਬੰਦੇ ਹੁੰਦੇ ਆ ਨਾ, ਉਹ ਮਿਹਨਤ ਜ਼ਿਆਦਾ ਕਰਦੇ, ਧੁੱਪਾਂ ਦੇ ਵਿੱਚ ਟੈਨਿੰਗ ਹੋ ਜਾਂਦੀ ਆ, ਸਾਨੂੰ ਬਹੁਤ ਸਾਰੇ ਮਤਲਬ ਖਾਰਸ਼ ਵਾਲੀ ਪ੍ਰੋਬਲਮ ਵੀ ਹੋ ਜਾਂਦੀ ਹੈ, ਮਿਹਨਤ ਨਹੀਂ ਮਿਹਨਤ ਕਰਦੇ। ਨਹੀਂ ਉਹ ਤਾਂ ਗੋਰਿਆਂ ਨੂੰ ਵੀ ਪਈ ਹੋਈ ਹੈ, ਖਾਰਸ਼ ਵਾਲੀ ਦੀ ਨਾ ਟੈਨਸ਼ਨ ਲਓ, ਉਹ ਇੱਧਰ ਉੱਧਰ ਵੀ ਫੈਲੀ ਹੋਈ। ਅੱਗੇ ਦੱਸੋ, ਉਹ ਵਿਹਲੇ ਰਹਿ ਕੇ ਹੁੰਦੀ ਆ। ਹਾਂ ਤੁਸੀਂ ਨਿਗਰੋ ਦੀ ਚੀਚੀ ਚੁਸਿਆ ਕਰੋ ਪੈਰਾਂ ਦੀ, ਉਹਦੇ ਨਾਲ ਸੱਟ ਹੋ ਜਾਂਦਾ। ਉਹ ਤੇਰੇ ਚਾਚਾ ਜੀ ਵੀ ਇੱਦਾਂ ਠੀਕ ਹੋਏ ਸੀ ਸੱਚ, ਇਹਨਾਂ ਦੇ ਇਲਾਜ ਸਾਰੇ ਚੱਲਦੇ ਰਹਿੰਦੇ ਆ, ਉਹਨਾਂ ਦਾ ਵੀ ਬੜਾ ਮਨ ਖਰਾਬ ਹੁੰਦਾ ਸੀ। ਫਿਰ ਉਹ ਯੁਗਾਂਡਾ ਉਹਨਾਂ ਨੇ 6 ਮਹੀਨੇ ਕੈਂਪ ਲਾਇਆ ਸੀ, ਜਿਹੜਾ ਸੀ ਉਹ ਨਿਗਰੋ ਜਿਹਦੀ ਕਰਦੇ ਰਹੇ ਹਾਂ। ਇਹਦਾ ਐਡਰੈਸ ਲੈ ਜਾਓ ਇਹਦੇ ਕੋਲ, ਇਹਨਾਂ ਨੇ ਗੋਡੇ ਦੀ ਮੈਲ ਲਾ ਕੇ ਅੰਮ੍ਰਿਤ ਸਮਝ ਕੇ ਪੀਤਾ ਸੀ। ਅੱਛਾ ਮੇਰੀ ਗੱਲ ਸੁਣੋ, ਮੈਨੂੰ ਇੱਕ ਚੀਜ਼ ਦੱਸੋ, ਤੁਸੀਂ ਕਾਲੀਆ ਸਾਹਿਬ ਹੁਣ ਡੰਡੇ ਖਾ ਕੇ ਜਾਣਾ ਪਸੰਦ ਕਰੋਗੇ, ਰੋਟੀ ਕੀ ਕੀ ਖਾ ਕੇ ਜਾਣਾ ਪਸੰਦ ਕਰੋ? ਮੈਂ ਇੱਥੇ ਇਨਵੈਸਟਮੈਂਟ ਕਰਨਾ ਆ। ਅੱਛਾ ਅੱਛਾ ਅੱਛਾ, ਇਨਵੈਸਟਮੈਂਟ ਕਰਨਾ ਹੈ ਫਿਰ ਮੈਂ ਗਾਣਾ ਥੋੜੀ ਜਿਹੀ, ਜੇ ਤੁਸੀਂ ਆਪਣੇ ਆਪ ਤੇ ਕਰ ਲੈਂਦੇ ਤਾਂ ਕੀ ਜਾਣਾ ਸੀ ਤੁਹਾਡਾ? ਇੰਨਾ ਪੈਸਾ ਕਮਾਇਆ ਜ਼ਿੰਦਗੀ 'ਚ, ਵਾਲ ਤੁਹਾਡੇ ਕੋਲ ਡਾਈ ਨਹੀਂ ਹੋਣ ਦੇ, ਇਹਦੇ ਲਈ ਤੁਹਾਡੇ ਕੋਲ ਪੈਸੇ ਨਹੀਂ, ਲੂਣ ਪਾਉਣ ਲਈ ਤੁਹਾਡੇ ਕੋਲ ਪੈਸੇ ਨਹੀਂ, ਤੇ ਅਮੀਰ ਕਾਹਦਾ ਤੂੰ? ਉਹ ਤਾਂ ਹੁਣ ਇੱਥੋਂ ਦੁਕਾਨ ਤੇ ਨਹੀਂ ਮੈਮਲੀ, ਮੈਨੂੰ ਸਾਈਕਲ ਦੇ ਟਿਊਬ ਤੇ ਨਾ ਤੇਰੇ ਵਰਗਾ ਉਹ ਲੱਗਾ ਹੁੰਦਾ ਉੱਪਰ, ਕੀ ਕਹਿੰਦੇ ਉਹਨੂੰ, ਟੋਪੀ, ਤੂੰ ਟੋਪੀ ਹੈ ਹਾਂ, ਕੀ ਕਹਿ ਰਹੀ ਤੂੰ? ਕਾਲੀ ਪਜਾਮੀ ਦੇ ਪੱਟ, ਕਾਲੇ ਪਹੁੰਚੇ ਵਰਗਾ ਮੂੰਹ ਤੇਰਾ, ਸੇ ਸੁਣੋ ਤੁਸੀਂ ਗਾਣਾ। ਹਾਂ ਚਲੋ, ਹਾਂਜੀ ਸਰ, ਥਾਣੇ ਵਿੱਚ ਆਹ ਲੱਗੇ ਕਰਦਿਆਂ ਦਾ ਸਤਾ, ਥਾਣੇ ਵਿੱਚ ਆਇਆ ਲੱਗੇ ਕਰਦਿਆਂ ਦਾ ਸਤਾ, ਆਉਣਾ ਚਾਹੀਦਾ ਸੀ ਤੈਨੂੰ ਕੱਲ, ਮੰਨ ਲੈਂਦਾ ਮੇਰੀ ਤੂੰ ਗੱਲ, ਇਹਨਾਂ ਤੇ ਪੈੜਾ ਕੌੜ ਕਿਰਲਾ ਵੀ ਨੀ ਲੱਗਦਾ, ਜਿੰਨੀ ਪੈੜੀ ਤੇਰੀ ਹੈ ਸ਼ਕਲ। ਇਹ ਸੱਚਾਈ ਹੈ, ਥੋੜਾ ਜਿਹਾ ਹਜ਼ਮ ਕਰਨਾ ਔਖਾ ਹੋਣਾ ਪਰ ਇਹ ਸੱਚਾਈ। ਜਿੱਦਾਂ ਤੁਸੀਂ ਗਾਣਾ ਗਾਇਆ ਜਿੱਦਾਂ ਤੁਸੀਂ ਬੋਲਦੇ ਹੋ, ਉਦਾਂ ਤੋਂ ਮੈਨੂੰ ਲੱਗਦਾ ਤੁਹਾਨੂੰ ਵੀ ਹੈ ਨਹੀਂ ਅਕਲ। ਅੱਛਾ ਅੱਛਾ, ਜਿਸ ਤਰ੍ਹਾਂ ਤੁਹਾਨੂੰ ਹੈ, ਤੁਹਾਨੂੰ ਕਿੱਦਾਂ? ਮੈਂ ਨਹੀਂ ਤਾਂ ਅਕਲ, ਮੈਂ ਬਹੁਤ ਪੜ੍ਹਿਆ ਲਿਖਾ। ਕੀ ਪੜ੍ਹਿਆ ਤੁਸੀਂ? ਮੈਂ ਜੈੱਟ ਦੇ ਵਿੱਚ ਬਹਿ ਕੇ ਪੜ੍ਹਿਆ। ਹੀਰੋ ਫਾਰਮੂਲਾ ਸੁਣਾਓ ਯਾਰ। HERO ਮੈਂ ਫਾਰਮੂਲਾ ਪੁੱਛਿਆ ਜਿਹੜਾ ਮੈਥ 'ਚ ਹੁੰਦਾ ਸੀ, ਹੀਰੋ ਫਾਰਮੂਲਾ? ਹੀਰੋ ਫਾਰਮੂਲਾ ਨਹੀਂ ਹੁੰਦਾ ਕੋਈ, ਹੈਂ? ਹੀਰੋ ਫਾਰਮੂਲਾ ਹੁੰਦਾ ਹੀ ਨਹੀਂ ਕੋਈ। ਕਿੱਥੇ ਪੜ੍ਹਿਆ ਤੂੰ? ਕਿੱਥੇ ਪੜ੍ਹਿਆ? ਉਹ ਹੁੰਦਾ ਸਰ ਮੈਸੇਜ। ਤੂੰ ਸੱਚੀ ਹਿਸਾਬ ਪੜ੍ਹਿਆ ਕਿ ਤੂੰ ਉਹ ਪੜ੍ਹਿਆ ਜਿਹੜਾ ਘਰ ਦੇ ਕਹਿੰਦੇ ਹਿਸਾਬ 'ਚ ਰਹਿ ਆਪਣੇ? ਮੈਂ ਬਹੁਤ ਪੜ੍ਹਿਆ, ਮੇਰਾ ਕੋਈ ਮੁਕਾਬਲਾ ਨਹੀਂ। ਅੱਛਾ ਅੱਛਾ, ਉਹ ਜਦੋਂ ਸਫ਼ਰ ਕਰਦੇ ਨਾ ਤੁਸੀਂ ਬਾਹਰ ਅੰਦਰ ਬਹੁਤ ਜਾਂਦੇ ਹੋ, ਹਾਂ ਹਾਂ, ਉਹ ਜਦੋਂ ਸਫ਼ਰ ਕਰਦੇ ਆ ਰੋਡ 'ਤੇ ਜਿੰਨੇ ਵੀ ਕੰਧਾਂ 'ਤੇ ਲਿਖੇ ਹੁੰਦੇ ਦਵਾਖਾਨਾ, ਡਾਕਟਰ, ਯੇ ਵੋ, ਮਰਦਾਨਾ ਤਾਕਤ, ਇਹ ਸਾਰਾ ਪੜ੍ਹਦਾ ਜਾਂਦਾ, ਉਹ ਤਾਂ ਕਹਿੰਦਾ ਮੈਂ ਬਹੁਤ ਪੜ੍ਹਿਆ। ਅੱਛੀ ਗੱਲ ਆ, ਮਾਈਲ ਸਟੋਨ ਨਹੀਂ ਆਉਂਦੇ ਆ ਰਸਤੇ 'ਚ? ਹਾਂਜੀ ਸਰ, ਆਕੜੂਆ ਇੰਨਾ ਰਹਿ ਗਿਆ, ਕਾਲਾ ਬੱਕਰਾ ਇੰਨਾ, ਹਾਂਜੀ ਉਹ ਪੜ੍ਹਦੇ, ਕਾਫੀ ਪੜ੍ਹੇ। ਸੋਰੀ, ਜੈੱਟ ਦੇ ਵਿੱਚ ਇਹ ਕੁਝ ਨਹੀਂ ਦਿਖਦਾ। ਅੱਛਾ, ਮੈਂ ਜੈੱਟ ਦੇ ਵਿੱਚ ਆਪਣੀਆਂ ਪਰਸਨਲ ਕਿਤਾਬਾਂ ਲੈ ਕੇ ਪੜ੍ਹਦਾ।
ਅੱਛਾ ਵੈਸੇ ਤੁਸੀਂ ਜੋ ਜੱਟ 'ਚ ਜਾਂਦੇ ਹੋਣੇ ਬੱਦਲ ਤਾਂ ਗੁੱਸਾ ਕਰ ਜਾਂਦੇ ਹੋਣੇ ਆ ਕਿਉਂ ਕਹਿੰਦੇ ਹੋਣੇ ਯਾਰ ਅਸੀਂ ਬਾਹਰ ਫਿਰਨੇ ਤੂੰ ਕਾਲਾ ਹੋ ਗਿਆ ਅੰਦਰ ਨਹੀਂ ਉਹ ਪਾਸੇ ਹੋ ਜਾਂਦੇ ਕਹਿੰਦੇ ਜੱਟ ਬਰੇ ਹੋ ਜਾਣਗੇ ਅੱਛਾ ਏਦਾਂ ਕੀ ਫਰੈਂਕ ਆ ਤੁਹਾਡੇ ਨਾਲ ਬੱਦਲ ਬਸ ਫਿਰ ਪਤਾ ਮੇਰੀ ਯਾਰੀ ਦੋਸਤੀ ਬਹੁਤ ਸਾਰਿਆਂ ਨਾਲ ਮੇਰਾ ਲਿਹਾਜ਼ ਬਹੁਤ ਜਹਾਜ਼ 'ਚ ਵੱਜੇ ਕਾਰਗਾ ਮੂੰਹ ਆ ਤੁਹਾਡਾ ਸਮਝਦਾ ਇਸ ਗੱਲ ਲਿਆਕਤ ਬਹੁਤ ਕਰਦੇ ਨੇ ਸਾਰੇ ਪੰਛੀ ਆਪਣੇ ਮਤਲਬ ਮੰਨਦੇ ਗੱਲਬਾਤ ਨਹੀਂ ਪਤਾ ਕੀ ਹੈ ਮੈਂ ਤੁਹਾਨੂੰ ਇੱਕ ਚੀਜ਼ ਦੱਸਾਂ ਤੁਸੀਂ ਕੀ ਕਰਨਾ ਕਿ ਤੁਸੀਂ ਸਵੇਰੇ ਉੱਠ ਕੇ ਨਾ ਸਭ ਤੋਂ ਪਹਿਲੇ ਗੁਨਗੁਨਾ ਪਾਣੀ ਲੈਣਾ ਲੈ ਲਿਆ ਉਹਨੂੰ ਦੇਖਣਾ ਪਹਿਲਾਂ ਦੇਖ ਲਿਆ ਕਿ ਮੈਂ ਇਹ ਪਾਣੀ ਪੀਵਾਂ ਤੇ ਇਹ ਪਾਣੀ ਗੰਦਾ ਤੇ ਨਹੀਂ ਹੋਏਗਾ ਠੀਕ ਆ ਪਹਿਲੇ ਇਸ ਗੱਲ ਦਾ ਖਿਆਲ ਰੱਖਣਾ ਖਾਸ ਅੱਛਾ ਅੱਛਾ ਬਿਨਾਂ ਹੱਥ ਲਾਏ ਬਿਨਾਂ ਕੇ ਉਦਾਂ ਹੀ ਹੈ ਆਏ ਦੰਦਾਣਾ ਨਹੀਂ ਪਹਿਲੇ ਦੇਖਣਾ ਪਾਣੀ ਨੂੰ ਉਹ ਚ ਆਪਣੀ ਸ਼ਕਲ ਦੇਖਣੀ ਫਿਰ ਉਹ ਤੁਹਾਨੂੰ ਸੱਚ ਦਿਖਾਏਗਾ ਫਿਰ ਤੁਸੀਂ ਡਿਸਾਈਡ ਕਰਨਾ ਨਹੀਂ ਮੈਂ ਨਹੀਂ ਪੀਣਾ ਹਜੇ ਅੱਛਾ ਹਨਾ ਫਿਰ ਤੁਸੀਂ ਬਾਹਰ ਕਿਸੇ ਖੁੱਲੇ ਨਾਲੇ 'ਚ ਜਾਣਾ ਅੱਛਾ ਹਨਾ ਜਿੱਥੇ ਤੁਹਾਡੇ ਆਸ ਪਾਸ ਪੜੋਸੀ ਜਿੱਥੇ ਤੁਹਾਡੇ ਵਾਕਫ ਹੋਣ ਜੇ ਤੂੰ ਗਾਲਾ ਕੱਢਣਾ ਹੋਵੇ ਤੇ ਤੁਹਾਨੂੰ ਕੋਈ ਕਹੇ ਨਾ ਕੋਈ ਉਹ ਤੋਂ ਕੱਢ ਕੇ ਥੋੜ੍ਹਾ ਜਿਹਾ ਸੰਡੇ ਸੈਟਰਡੇ ਤੇ ਆਪਣਾ ਵੈਡਨਸਡੇ ਅੱਛਾ ਤਿੰਨ ਦਿਨ ਫੇਸ ਪੈਕ ਲਾਣਾ ਜੇ ਕੋਈ ਸੁਧਾਰ ਆ ਜਾਵੇ ਤੇ ਜੋ ਮਰਜ਼ੀ ਕਹਿ ਦਿਓ ਫੇਸ ਦਾ ਨਹੀਂ ਮੈਨੂੰ ਕੋਈ ਚੱਕਰ ਮੇਰੀ ਆ ਨਿੱਕ ਦੀ ਪ੍ਰੋਬਲਮ ਆ ਹੈ ਨਿੱਕ ਦੀ ਪ੍ਰੋਬਲਮ ਤੁਹਾਡੀ ਨਿੱਕ ਦੀ ਪ੍ਰੋਬਲਮ ਹੈ ਇਹ ਤੁਹਾਡੀ ਨਿੱਕ ਦੀ ਨਹੀਂ ਤੁਹਾਡੀ ਨਿੱਤ ਦੀ ਪ੍ਰੋਬਲਮ ਹੈ ਸਹੀ ਗੱਲ ਨਹੀਂ ਨਹੀਂ ਨਿੱਕ ਦੀ ਪ੍ਰੋਬਲਮ ਆ ਹੈ ਨਿੱਕ ਦੀ ਪ੍ਰੋਬਲਮ ਆ ਦੇਖੋ ਇਹ ਨਿੱਕੇ ਦੀ ਪ੍ਰੋਬਲਮ ਹੈ ਨਿੱਕੇ ਨੂੰ ਦੱਸੋ ਮੈਨੂੰ ਕੀ ਦੱਸਣ ਦੇ ਨਹੀਂ ਨਹੀਂ ਨਿੱਕ ਗਰਦਨ ਦੀ ਪ੍ਰੋਬਲਮ ਮੈਨੂੰ ਨਿੱਕ ਗਰਦਨ ਉਹ ਨੈਕ ਹੁੰਦੀ ਆ ਓਏ ਉਹ ਨੈਕ ਹੁੰਦੀ ਨੈਕ ਦੀ ਗਰਦਨ ਅੱਛਾ ਅੱਛਾ ਨੈਕ ਦੀ ਗਰਦਨ ਨਿੱਕ ਦੀ ਪ੍ਰੋਬਲਮ ਪੜਿਆ ਹਾਂ ਆਪੜਿਆ ਪੜਿਆ ਬਹੁਤ ਨਾ ਨਿੱਕ ਦੀ ਪ੍ਰੋਬਲਮ ਹੈ ਮੈਂ ਉਹਦਾ ਤੁਹਾਡੀ ਕੰਪਾਰਟਮੈਂਟਾਂ ਤੁਸੀਂ ਆਪ ਕਲੀਅਰ ਕੀਤੀ ਹੈ ਕਿ ਕੋਈ ਹੋਰ ਕੰਪਾਰਟਮੈਂਟ ਪਾੜ ਗਏ ਮੇਰੀ ਕੋਈ ਕੰਪਾਰਟਮੈਂਟ ਆਈ ਨਹੀਂ ਮੈਂ ਤਾਂ ਇੰਨਾ ਇੰਟੈਲੀਜੈਂਟ ਆ ABC ਦੇ ਸਾਰੇ 26 ਅੱਖਰ ਲਿਖੇ ਉਹਨਾਂ ਨੇ ਸੀ ਅੱਛਾ ABC ਦੇ ਸਾਰੇ 26 ਅੱਖਰ ਇੰਗਲਿਸ਼ ਕਹਿੰਦੇ ਕਿੰਨੀ ਕਿੱਥੋਂ ਤੱਕ ਲੈ ਲਵਾਂ ਮੈਂ 26 ਤੱਕ ਕੀ ਬਾਤ ਹੈ ਇਹਦੇ 26 ਤੱਕ ਹੁਣ ਫਿਰ ਇੱਕ ਕੰਮ ਕਰੋ ਹੁਣ ਜ਼ਰਾ ਸਾਨੂੰ ਸੁਣਾ ਦਿਓ ਇੱਕ ਵਾਰੀ ABC ਬਹੁਤ ਔਖਾ ਕੰਮ ਹੈ ਨਹੀਂ ਨਹੀਂ ਤੁਸੀਂ ਆਪ ਕਿਹਾ ਸਰ ਹੁਣੇ ਦੱਸਿਆ ਤੁਸੀਂ ਇਹ ਹਾਂ ਕੀ ਆ ਬੀ ਸਰ ਮੈਨੂੰ ਮੇਰੇ ਲਈ ਕੀ ਕਹਣਾ ਇਹ ਜੇ ਤੋ ਚੱਲ ਜੋ ਆਉਂਦੀ ਤੁਹਾਨੂੰ ਵੀ ਨਹੀਂ ਕੇ ਤੋ ਕਾਲਿਆ ਜਿਆ ਆਉਂਦੀ ਤੁਹਾਨੂੰ ਵੀ ਨਹੀਂ ਓ ABCDEFGH ਅੱਗੇ ਨਾ ਉਦੋਂ ਛੱਡ ਗਏ ਤੁਸੀਂ ਈ ਛੱਡਿਆ ਨਾ ਅੱਜਾ ਮੈਂ ਤੁਹਾਨੂੰ ਆਣਾ ਸੋ ਹਾਂ ਏ ਬੀ ਠਹਿਰ ਜਾਓ ਹੁਣ ਤਾਂ ਵਧੀਆ ਬਣਨ ਦੇ ਹੀ ਅੱਗੇ ਸੀ ਜੇ ਤੋ ਜਾਓ ਕੇ ਤੋ ਕਾਲਿਆ ਐਚ ਤੋ ਲਫੜ ਬਣਾ ਦੇ ਰੇ ਹੈ ਐਚ ਤੋ ਲਫੜ ਬਣਾ ਓ ਠਹਿਰ ਜਾ ਸੀਕੁਐਂਸ ਵਾਈਜ਼ ਚੱਲੋ ਨਾ ਅੱਛਾ ਜੀ ਏ ਤੋ ਏ ਏ ਮੈਨੂੰ ਨਹੀਂ ਕਹਿਣਾ ਕੀ ਹੈ ਮੈਨੂੰ ਨਹੀਂ ਕਹਿਣਾ ਕੀ ਹੈ ਸਰ ਮੈਨੂੰ ਲੱਗਾ ਤੁਸੀਂ ਉਦਾਂ ਗਏ ਇਹ ਹਾਂ ਇਹ ਇਹ ਬੀਬੀ ਬੀਬੀ ਬੀ ਤੋਂ ਬੀਬੀ ਹਾਂਜੀ ਸਰ ਸੀਗੀ ਸੀ ਤੋਂ ਕੀ ਸੀ ਸੀਗੀ ਚੂਚਾ ਹਾਂ ਸੀ ਤੋਂ ਚੂਚਾ ਹਾਂ ਡੀ ਤੋਂ ਡੰਗਰੋ ਚੁੱਪ ਕਰ ਜੋ ਹਾਂਜੀ ਸਰ ਈ ਤੋਂ ਈ ਐਫ ਤੋਂ ਫੁੱਕ ਰਿਆ ਜੇ ਤੋਂ ਚੱਲ ਜਾ FG ਐਚ ਹਾਂ ਐਚ ਐਚ ਤੋਂ ਹਟ ਜੋ ਜੇ ਤੋ ਚਲਾ ਜਾ ਏ ਤੋ ਕਾਲਿਆ ਆਈ ਦੁਬਾਰਾ ਇੱਥੇ ਆਈ ਇੱਥੇ ਆਈ ਕਿਦਾਂ ਆਈ ਓਏ ਆਈ ਨਹੀਂ ਆਈ ਆਈ ਹਾਂ ਆਈ ਤੋ ਆਈ ਦੁਬਾਰਾ ਇੱਥੇ ਤੇ ਜੇ ਤੋ ਜਾ ਚਲਾ ਜਾ ਹਾਂ ਚੱਲ ਹੁਣ ਅੱਗੇ ਅੱਗੇ ਕੀ ਸੀ ਕੇ ਤੋ ਕਾਲੀ ਹੈ ਕਾਲਾ ਕਹਿ ਨਹੀਂ ਉਹਨੂੰ ਮੈਂ ਪਹਿਲੇ ਕੇ ਹੁਣ ਆਇਆ ਜੀ ਐਲ ਤੋ ਲੱਕੜ ਦੇ ਮੂੰਹ ਵਾਲਿਆ ਹੈ ਅੱਜਾ ਉਹ ਤੋ ਓ ਸਰ MMM ਹੈ M ਸਰ M ABCD ਸਰ ਤੁਸੀਂ ਭੁੱਲ ਗਏ ਨਹੀਂ M ਤੋਂ ਮੈਂ ਸੋਚ ਰਿਹਾ ਕਿ ਇਹਨੂੰ ਕੀ ਕਵਾਂ ਓਏ ਮਿੱਟੀ ਖਾਣ ਵਾਲਿਆ ਮਲਟੀਪਲਗ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਦਾਂ ਮੈਂ ਸਭ ਠੀਕ ਠਾਕ ਵਧੀਆ ਸਰ ਵਧੀਆ ਤੁਸੀਂ ਸੁਣਾਓ ਚੜ੍ਹਦੀ ਕਲਾ ਬਾਜੀ ਸਭ ਠੀਕ ਠਾਕ ਹੈ ਤੁਸੀਂ ਸੁਣਾਓ ਬਸ ਮਾਰੇ ਮੈਂ ਤਾਂ ਹੁਣੇ ਦੱਸਿਆ ਤੁਹਾਨੂੰ ਮੈਂ ਠੀਕ ਹਾਂ ਫਿਰ ਇੱਕ ਸੈਕਿੰਡ ਕਿਦਾਂ ਮੈਂ ਵੀ ਠੀਕ ਹੈ ਤਾਂ ਹੀ ਗੱਲ ਕੀਤੀ ਆ ਨਹੀਂ ਨਹੀਂ ਮਾਰੇ ਠੀਕ ਹੀ ਰਹਿਣਾ ਚਾਹੀਦਾ ਬੰਦੇ ਨੂੰ ਬੰਦਾ ਠੀਕ ਹੋਵੇ ਤੇ ਹਾਂਜੀ ਹਾਂਜੀ ਤੁਹਾਡਾ ਪ੍ਰੋਗਰਾਮ ਤੁਹਾਡਾ ਪ੍ਰੋਗਰਾਮ ਦੇਦੇ ਸੀ ਅੱਛਾ ਲੱਗ ਰਿਹਾ ਹਾਂ ਵੈਰੀ ਗੁੱਡ ਭਾਜੀ ਵੈਰੀ ਗੁੱਡ ਸ਼ੁਕਰੀਆ ਜੀ ਸ਼ੁਕਰੀਆ ਤੁਹਾਡਾ ਸਪੋਰਟਸ ਵਾਲਾ ਦੱਬ ਕੇ ਨਹੀਂ ਸਹੀ ਮਾਰਦਾ ਪੁਲਿਸ ਵਾਲਾ ਕੀ ਇਨਸਪੈਕਟਰ ਦੱਬ ਕੇ ਨਹੀਂ ਸਹੀ ਮਾਰਦਾ ਇਨਸਪੈਕਟਰ ਦੱਬ ਕੇ ਨਹੀਂ ਸਹੀ ਮਾਰਦਾ
ਹਾਂਜੀ ਹਾਂਜੀ ਕਿੱਦਾਂ ਮਾਰਨਾ ਚਾਹੀਦਾ ਦੁਪਕਾ ਦੱਸੋ ਮਾੜਾ ਜਿਹਾ ਮਾੜਾ ਜਿਹੜਾ ਉਹ ਬੰਦਾ ਭਾਜਿਆ ਤੈਨੂੰ ਦੱਸਾਂ ਮੈਂ ਇੱਦਾਂ ਤੂੰ ਕਰਦਾ ਕੀ ਆ ਹੁਣ ਇਹਨੂੰ ਮੈਂ ਕਹਿ ਸਕਦਾ ਬੰਦਾ ਬਣ ਜਾ ਆ ਜਿਹੜੀ ਮੇਰੀ ਹੌਲਦਾਰ ਨਹੀਂ ਇਹਨੂੰ ਮੈਂ ਇੱਕ ਵਾਰੀ ਕਹਾਂ ਬੰਦਾ ਬਣ ਜਾ ਕਹਿੰਦੀ ਸਰ ਸ਼ੂਟਿੰਗ ਤੋਂ ਬਾਅਦ ਮੈਂ ਬਣ ਨਹੀਂ ਰਹੀ ਉਹ ਇਹਦਾ ਕੋਈ ਪਤਾ ਨਹੀਂ ਤੁਹਾਨੂੰ ਇੱਥੇ ਵੀ ਬੰਨਣਾ ਹੈ ਹੈ ਕਿ ਮੈਂ ਆਈ ਐਮ ਐਕਸਪੀਰੀਐਂਸਡ ਅੱਛਾ ਅੱਛਾ ਯੂ ਆਰ ਪੁਲਿਸਮੈਨ ਤੁਹਾਡੇ ਨਾਲ ਮੇਰੀ ਪਹਿਲੇ ਵੀ ਤਾਂ ਗੱਲ ਹੁੰਦੀ ਰਹੀ ਹੈ ਤੁਸੀਂ ਹਾਜ਼ਰੀ ਨੂੰ ਆਉਣਾ ਅੰਦਰ ਨਹੀਂ ਨਹੀਂ ਮੈਂ ਅੱਜ ਪਹਿਲੀ ਵਾਰ ਦੇਖ ਲਿਆ ਓਹੋ ਫਿਰ ਤਾਂ ਸਲੂਟ ਨਹੀਂ ਮਾਰਿਆ ਤੁਸੀਂ ਮੈਨੂੰ ਨਵੀਂ ਭਰਤੀ ਨੇ ਅਫਸਰ ਤੇ ਅਫਸਰ ਉਹ ਮੌਕੇ ਤੇ ਡਿਊਟੀ ਤੇ ਤੁਸੀਂ ਸਲੂਟ ਨਹੀਂ ਕੀਤਾ ਮੈਨੂੰ ਅਫਸਰ ਤਾਂ ਮੈਂ ਆ ਛੱਡ ਕੇ ਆਇਆ ਇੰਡੀਆ ਤੋਂ ਉਹ ਤੁਸੀਂ ਛੱਡ ਆਏ ਹੋ ਜਿਹੜੇ ਮੌਕੇ ਤੇ ਅਫਸਰ ਅਫਸਰ ਉਹ ਹੁੰਦੇ ਕਿ ਜਿਹੜੇ ਛੱਡ ਜਾਂਦੇ ਉਹ ਅਫਸਰ ਉਹ ਹੁੰਦੇ ਗੱਲ ਮੌਕੇ ਤੇ ਹੁੰਦੀ ਨਾਲੇ ਗੱਲ ਮੌਕੇ ਤੇ ਹੁੰਦੀ ਆ ਜੀ ਇਹਦਾ ਮੌਕਾ ਦੇਖੋ ਕਿੱਡਾ ਮੂੰਹ ਤੇ ਇਹ ਵੀ ਤੁਹਾਡੀ ਗੱਲ ਸਹੀ ਹੈ ਜਿੱਦੀ ਹੁਣ ਕਹੀ ਆ ਹਾਂ ਮੈਂ ਉਹੀ ਕਹਿ ਰਿਹਾ ਜੀ ਮੌਕੇ ਦੀ ਗੱਲ ਦੇਖੋ ਤੇ ਜੈ ਹਿੰਦ ਦੀ ਕਹਿਣਾ ਕੀ ਚਾਹੁੰਦਾ ਕਹਿ ਦੋ ਹਾਂਜੀ ਐਸਐਸਏ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਹਿਬ ਹੋਰ ਛੋਟੇ ਠੀਕ ਚਾਲ ਹਾਂ ਵੀ ਸਭ ਚੜ੍ਹ ਕੇ ਹਾਂਜੀ ਆਪਣਾ ਨਾਲ ਵੀ ਵੀਰ ਨਹੀਂ ਵੀਰ ਜੀ ਨਹੀਂ ਕਹਿਣਾ ਹਜੇ ਹਜੇ ਮੈਂ ਔਨ ਡਿਊਟੀ ਹੈ ਮੈਨੂੰ ਔਨ ਡਿਊਟੀ ਵੀਰ ਜੀ ਨਹੀਂ ਕਹਿਣਾ ਔਨ ਡਿਊਟੀ ਮੇਰਾ ਕੋਈ ਰਿਸ਼ਤਾ ਕੱਲ ਨਹੀਂ ਕਿਉਂ ਮੇਰਾ ਚਲਾਨ ਕਲੀਅਰ ਕਰ ਦੋ ਨਹੀਂ ਨਹੀਂ ਕੱਲ ਨੂੰ ਮੈਨੂੰ ਕਹਿ ਦੋ ਚਲਾਨ ਕਲੀਅਰ ਕਰ ਦੋ ਮੇਰੇ ਵੀਰ ਜੀ ਲੱਗੇ ਹੋਏ ਆ ਇਹ ਨਾ 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 ਕਾਨੂੰਨ ਰਿਸ਼ਤਿਆਂ ਤੋਂ ਬਾਹਰ ਜਾ ਕੇ ਕੋਈ ਹੈਲਪ ਨਹੀਂ ਹਾਂਜੀ ਹਾਂਜੀ ਤੇ ਬਾਕੀ ਨਾਮ ਕੀ ਹੈ ਤੁਹਾਡਾ ਆਪਣੇ ਮੁੰਡਾ ਮੇਰਾ ਨਾਮ ਕਾਲ ਸਿੰਘ ਹੈ ਜੀ ਹਾਂਜੀ 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 ਕੀ ਪੁੱਛ ਰਹੇ ਸੀ ਸਲੂਟ ਮਾਰਦਾ ਜੀ ਦਿਲੋਂ ਬਾਕੀ ਧੰਨਵਾਦ ਬਹੁਤ ਅੱਛਾ ਲੱਗਾ ਤੁਹਾਡੇ ਨਾਲ ਗੱਲ ਕਰਕੇ ਸ਼ੁਕਰੀਆ ਥੈਂਕ ਯੂ ਸੋ ਮਚ